बेरोजगारी तो तंग हो गई सी, तो असी अपना डिसीजन लैके अपना खालसा फूड कॉर्नर तरन तारण दे विच स्टार्ट किया है। पर इत्थे इन्ना हौसला फिर किवें आया मन च भी एक लेडीज भी खड़े दुकान के उत्ते? ਦੋਵੇਂ ਰਲ ਮਿਲ ਕੇ ਬਾਹਰ ਵੀ ਗਏ ਸੀ, ਉਹਦੇ ਪਰ ਸਾਨੂੰ ਉੱਥੋਂ ਨਹੀਂ ਸਕਸੈਸ ਮਿਲ ਪਾਈ, ਫਿਰ ਅਸੀਂ ਕਿਸੇ ਰੀਜ਼ਨ ਕਰਕੇ ਸਾਨੂੰ ਵਾਪਸ ਆਉਣਾ ਪਿਆ। ਪਹਿਲਾਂ ਇੱਥੇ ਛੋਟਾ ਇੱਕ ਟੇਬਲ ਲਾਇਆ ਸੀ ਵੀ ਜੀ, ਉੱਥੋਂ ਹੀ ਓਪਨਿੰਗ ਕਰਕੇ ਜਿਹੜਾ ਕੰਮ ਸ਼ੁਰੂ ਕੀਤਾ ਸੀ 500 ਰੁਪਏ ਕੰਮ ਸ਼ੁਰੂ ਕੀਤਾ ਸਟਾਰਟਿੰਗ 'ਤੇ। ਪਰੇਸ਼ਾਨੀ ਤਾਂ ਨਹੀਂ ਆਉਂਦੀ ਇੱਕ ਵੀ ਔਰਤ ਖੜੀ ਹੈ ਦੁਕਾਨ 'ਤੇ, ਲੇਡੀਜ਼ ਖੜੇ ਨੇ ਜਾਂ ਕੋਈ ਇਹੋ ਜਿਹੇ ਕਸਟਮਰ ਦੀ? ਕੁਛ ਲੋਕ ਹੁੰਦੇ ਨੇ ਜਿਹੜੇ ਗਲਤ ਬੋਲਣ ਵਾਲੇ ਵੀ ਹੁੰਦੇ ਨੇ, ਪਰ ਆਪਾਂ ਉਹਨਾਂ ਦੀ ਪਰਵਾਹ ਨਹੀਂ ਕਰਦੇ। ਖਾਲਸਾ ਫੂਡ ਕਾਰਨਰ ਤੋਂ ਅਸੀਂ ਆਪਣਾ ਖਾਲਸਾ ਫੂਡ ਕਾਰਨਰ ਤੋਂ KFC ਕੱਢਿਆ ਹੈ, ਠੀਕ ਹੈ ਨਾ। ਇਹਦੇ ਨਾਲ ਸਾਡਾ KFC ਜਿਹੜਾ ਨੋਨ ਵੇਜ ਵਾਲਾ ਹੈ ਉਹਦੇ ਨਾਲ ਸਾਡਾ ਕੋਈ ਤਾਲਮੇਲ ਨਹੀਂ ਹੈ। ਗ੍ਰਸਤੀ ਸਿਰਫ ਆਦਮੀ ਦੇ ਸਿਰ 'ਤੇ ਨਹੀਂ ਹੁੰਦੀ, ਇੱਕ ਦੂਸਰੇ ਦੇ ਸਿਰ 'ਤੇ ਚੱਲਦੀ ਹੈ। ਅਗਰ ਅਸੀਂ ਹਸਬੈਂਡ ਦੇ ਨਾਲ ਇਕੱਠੇ ਖਲੋ ਕੇ ਅਗਰ ਕੰਮ ਕਰਦੇ ਹਾਂ, ਕੰਮ ਕਰਨ 'ਚ ਕੋਈ ਸ਼ਰਮ ਨਹੀਂ ਹੋਣੀ ਚਾਹੀਦੀ ਹੈ। ਜਦਕਿ ਸਾਡੀ ਮਤਲਬ ਕੋਈ ਵੀ ਅਭਿਨਵੀ ਕੁਛ ਵੀ ਹੁੰਦਾ ਹੈ ਅਤੇ ਉਹ ਮੈਨੂੰ ਕੁਛ ਵੀ ਬੋਲਦੇ ਨੇ, ਮੈਂ ਕਹਿੰਦੀ ਹਾਂ ਤੁਸੀਂ ਜੋ ਮਰਜ਼ੀ ਕਰ ਲਓ, ਰਹਿਣਾ ਤੁਸੀਂ ਮੇਰੇ ਨਾਲ ਹੈ ਔਰ ਆਪਾਂ ਇਕੱਠੇ ਹੀ ਰਹਾਂਗੇ, ਜੋ ਮਰਜ਼ੀ ਜਿੱਦਾਂ ਮਰਜ਼ੀ ਕਰ ਲਓ, ਅਸੀਂ ਨਹੀਂ ਵੱਖਰੇ ਹੋ ਸਕਦੇ। ਮਾਣ ਹੁੰਦਾ ਇਹਨਾਂ 'ਤੇ ਪੂਰਾ? ਜੀ ਬਹੁਤ ਮਾਣ ਹੈ ਜੀ ਇਹਨਾਂ 'ਤੇ, ਇਹਨਾਂ ਨੇ ਇਹਨਾਂ ਕਰਕੇ ਮੈਂ ਪੂਰੇ ਇੱਥੋਂ ਤੱਕ ਪਹੁੰਚਿਆ ਹਾਂ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਤੁਸੀਂ ਜੁੜੇ ਹੋ ਅਸਲ ਪੰਜਾਬੀ ਦੇ ਨਾਲ ਅਤੇ ਮੈਂ ਜਗਦੀਪ ਸਿੰਘ। ਜੇ ਆਪਾਂ ਗੱਲ ਕਰ ਲਈਏ ਪੰਜਾਬ ਦੀ ਨੌਜਵਾਨੀ ਦੇ ਵਿੱਚ ਦੋ ਮੁੱਖ ਮੁੱਦੇ ਨੇ ਜਿਹੜੇ ਵਿਸ਼ੇ ਬਣੇ ਹੋਏ ਨੇ, ਦੋ ਮੁੱਖ ਮੁੱਦੇ ਬਣੇ ਹੋਏ ਨੇ, ਇੱਕ ਬੇਰੁਜ਼ਗਾਰੀ ਦਾ ਅਤੇ ਦੂਜਾ ਨਸ਼ਿਆਂ ਦਾ। ਬੇਰੁਜ਼ਗਾਰੀ ਨੂੰ ਗੱਲ ਕਰ ਲਈ ਤਾਂ ਆਪਾਂ ਲੋਕਡਾਊਨ ਨੇ ਵਿਸ਼ੇ ਨੂੰ ਹੋਰ ਵੀ ਗੁੰਝਲਦਾਰ ਬਣਾ ਦਿੱਤਾ, ਪਰ ਅੱਜ ਤੁਹਾਨੂੰ ਇੱਕ ਅਜਿਹੇ ਜੋੜੀ ਦੇ ਨਾਲ ਮਿਲਾਵਾਂਗੇ ਜਿਹਦੇ ਵਿੱਚ ਇੱਕ ਭੈਣ ਦੇ ਵੱਲੋਂ ਇਹ ਬੇਰੁਜ਼ਗਾਰੀ ਦੇ ਆਲਮ ਨੂੰ ਆਪਣੇ ਗਲ ਦੇ ਵਿੱਚੋਂ ਲਾਹ ਦਿੱਤਾ ਗਿਆ। ਬੇਸ਼ੱਕ ਭੈਣ ਪੜ੍ਹੀ ਲਿਖੀ ਹੈ, ਡਬਲ MA ਕੀਤੀ ਹੈਗੀ, ਪਰ ਭੈਣ ਨੇ ਆਪਣੇ ਪਰਿਵਾਰ ਦੇ ਜ਼ਿੰਮੇਵਾਰੀ ਨੂੰ ਮੋਢਿਆਂ 'ਤੇ ਚੱਕਦਿਆਂ ਹੋਇਆਂ ਇੱਕ ਕੰਮ ਸ਼ੁਰੂ ਕੀਤਾ। ਪਤੀ ਦਾ ਵੀ ਸਾਥ ਹੈਗਾ, ਘਰ ਵਾਲੇ ਦਾ ਵੀ ਸਾਥ ਹੈਗਾ, ਅਤੇ ਤੁਹਾਨੂੰ ਦੱਸ ਦਈਏ ਕਿ ਇਸ ਸਮੇਂ ਖੜ੍ਹੇ ਹਾਂ ਅਸੀਂ ਤਰਨ ਤਾਰਨ ਦੇ ਵਿੱਚ ਭੈਣ ਦੇ ਵੱਲੋਂ ਇਹ ਕੰਮ ਆ ਜਿਹੜਾ ਸ਼ੁਰੂ ਕੀਤਾ ਹੋਇਆ। ਗੁਰਸਿੱਖ ਜੋੜੀ ਹੈਗੀ ਜਿਨ੍ਹਾਂ ਦੇ ਵੱਲੋਂ ਇਹ ਕੰਮ ਆ ਸਾਰਾ ਸ਼ੁਰੂ ਕੀਤਾ ਗਿਆ, ਤੁਹਾਡੀ ਇਹਨਾਂ ਨਾਲ ਗੱਲਬਾਤ ਵੀ ਕਰਾਉਂਦੇ ਹਾਂਗੇ ਭੈਣ ਨਾਲ, ਅਤੇ ਹੋਰ ਵੀ ਬਹੁਤ ਸਾਰੀਆਂ ਗੱਲਾਂ ਨੇ। ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਕਿਉਂਕਿ ਬਹੁਤ ਕੁਝ ਸਿੱਖਣ ਨੂੰ ਮਿਲੂਗਾ। ਅਤੇ ਜਿਹੜੇ ਲੋਕ ਕਹਿੰਦੇ ਨੇ ਕਿ ਪੜ੍ਹ ਲਿਖ ਕੇ ਯਾਰ ਨੌਕਰੀ ਨਹੀਂ ਮਿਲਦੀ ਕੀ ਕਰੀਏ, ਉਹਨਾਂ ਨੂੰ ਵੀ ਬਹੁਤ ਕੁਝ ਸਿੱਖਣ ਨੂੰ ਮਿਲੂਗਾ। ਸੋ ਕਮੈਂਟ ਦੇ ਵਿੱਚ ਆਪਣੀ ਰਾਏ ਵੀ ਜ਼ਰੂਰ ਦੱਸੀ ਜਾਓ, ਨਾਲ ਦੀ ਨਾਲ ਵੀਡੀਓ ਸ਼ੇਅਰ ਜ਼ਰੂਰ ਕਰਿਓ। ਭੈਣੇ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਮੈਂ ਸਭ ਤੋਂ ਪਹਿਲਾਂ ਸਾਰਿਆਂ ਨੂੰ ਫਤਿਹ ਦੀ ਸਾਂਝ ਪਾਉਣੀ ਚਾਹਾਂਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ, ਮੇਰਾ ਨਾਂ ਜਸਪ੍ਰੀਤ ਕੌਰ ਹੈ, ਇਹ ਮੇਰੇ ਹਸਬੈਂਡ ਹੈਗੇ ਨੇ ਸੁਮੀਤ ਸਿੰਘ ਖਾਲਸਾ। ਅਸੀਂ ਦੋਵੇਂ ਰਲ ਮਿਲ ਕੇ ਤਰਨ ਤਾਰਨ ਦੇ ਵਿੱਚ ਬੇਰੁਜ਼ਗਾਰੀ ਤੋਂ ਤੰਗ ਹੋ ਗਏ ਸੀ, ਤਾਂ ਅਸੀਂ ਆਪਣਾ ਡਿਸੀਜ਼ਨ ਲੈ ਕੇ ਆਪਣਾ ਖਾਲਸਾ ਫੂਡ ਕਾਰਨਰ ਤਰਨ ਤਾਰਨ ਦੇ ਵਿੱਚ ਸਟਾਰਟ ਕੀਤਾ ਹੈ, ਜਿਹਨੂੰ ਚਲਾਉਂਦੇ ਸਾਨੂੰ ਹੁਣ 2 ਈਅਰਸ ਕੰਪਲੀਟ ਹੋ ਜਾਂਦੇ ਹੈ ਜੁਲਾਈ ਦੇ ਵਿੱਚ। ਗੁਰੂ ਸਾਹਿਬ ਜੀ ਦੀ ਇੰਨਾ ਕਿਰਪਾ ਹੈਗੀ ਹੈ, ਅਤੇ ਨਾਲੇ ਮੈਂ ਗੁਰੂ ਸਾਹਿਬ ਜੀ ਦਾ ਜਿੰਨਾ ਸ਼ੁਕਰ ਕਰਾਂ ਉਨਾ ਥੋੜ੍ਹਾ ਹੈਗਾ ਹੈ। ਸਾਰਿਆਂ ਨੇ ਮੈਨੂੰ ਬਹੁਤ ਸਪੋਰਟ ਕੀਤਾ ਹੈ, ਬਹੁਤ ਪਿਆਰ ਕੀਤਾ ਹੈ, ਜਿਹਦੀ ਬਦੌਲਤ ਅੱਜ ਮੈਂ ਗੁਰੂ ਸਾਹਿਬ ਦੀ ਕਿਰਪਾ ਨਾਲ ਥੋੜ੍ਹੇ ਹੀ ਕਦਮ ਅੱਗੇ ਵਧੀਆਂ। ਹਲੇ ਬਹੁਤੇ ਨਹੀਂ ਕਵਾਂਗੀ ਅਤੇ ਥੋੜ੍ਹੇ ਕਵਾਂਗੀ। ਗੁਰੂ ਸਾਹਿਬ ਜੀ ਦਾ ਇੰਨਾ ਸ਼ੁਕਰ ਹੈ ਕਿ ਮੇਰਾ ਥੋੜ੍ਹਾ ਜਿਹਾ ਮੈਨੂੰ ਹੌਸਲਾ ਮਿਲਿਆ ਹੈ, ਕਿ ਜਿਹਦੇ ਕਰਕੇ ਮੈਨੂੰ ਲੱਗ ਰਿਹਾ ਕਿ ਹਾਂ ਮੇਰੀ ਜ਼ਿੰਦਗੀ ਹੁਣ ਥੋੜ੍ਹੀ ਜਿਹੀ ਲਾਈਨ 'ਚ ਆ ਸਕਦੀ ਹੈ। ਵਰਨਾ ਮੈਂ ਬਹੁਤ ਜ਼ਿਆਦਾ, ਮੈਂ ਕਿ ਮੇਰਾ ਪਰਿਵਾਰ ਵੀ ਸਾਰੇ ਮੈਨੂੰ ਸਪੋਰਟ ਵੀ ਕਰ ਰਹੇ ਨੇ, ਅਤੇ ਮੈਨੂੰ ਸਾਰੇ ਰਲ ਮਿਲ ਕੇ ਉਹਨਾਂ ਨੇ ਸਪੋਰਟ ਦੇ ਹੀ ਨਾਲ ਅਸੀਂ ਇੱਥੇ ਤੱਕ ਪਹੁੰਚੇ ਹਾਂ। ਫਿਰ ਨਾਲੇ ਅਸੀਂ ਦੋਨਾਂ ਨੇ ਰਲ ਮਿਲ ਕੇ ਜੋ ਆਪਣਾ ਕੰਮ ਕੀਤਾ ਹੈ ਉਹਦੇ ਤੋਂ ਆਪਾਂ ਚਲੋ ਗੁਰੂ ਸਾਹਿਬ ਦਾ ਬਹੁਤ ਸ਼ੁਕਰ ਮਨਾਉਂਦੇ ਹਾਂ ਕਿ ਜਿਨ੍ਹਾਂ ਦੀ ਕਿਰਪਾ ਨਾਲ ਅਸੀਂ ਇੱਥੇ ਤੱਕ ਆ ਚੁੱਕੇ ਹਾਂ, ਔਰ ਅੱਗੇ ਚਲੋ ਗੁਰੂ ਸਾਹਿਬ ਮਿਹਰ ਕਰਨਗੇ ਹੋਰ ਅੱਗੇ ਜਾਵਾਂਗੇ। ਭੈਣੇ ਜੇ ਗੱਲ ਕਰ ਲਈਏ ਨਾ, ਅਸੀਂ ਬਾਜ਼ਾਰ ਦੇ ਵਿੱਚ ਉੱਥੋਂ ਲੈ ਕੇ ਉੱਥੇ ਤੱਕ ਕੋਈ ਵੀ ਇਹੋ ਜਿਹੀ ਦੁਕਾਨ, ਇਹੋ ਜਿਹੀ ਸ਼ੋਪ, ਇਹੋ ਜਿਹਾ ਢਾਬਾ ਨਹੀਂ ਮਿਲੂਗਾ ਜਿੱਥੇ ਕੋਈ ਲੇਡੀਜ਼ ਹੋਵੇ, ਹੈ ਨਾ। ਆਪਣੇ ਪੰਜਾਬ ਦੇ ਵਿੱਚ ਤਾਂ ਇਹ ਖਾਸ ਕਰਕੇ ਹੈ, ਬਾਹਰ 'ਚ ਇਹ ਚਲੋ ਜੋ ਮਰਜ਼ੀ ਹੈਗਾ, ਪਰ ਇੱਥੇ ਇੰਨਾ ਹੌਸਲਾ ਫਿਰ ਕਿਵੇਂ ਆਇਆ ਮਨ 'ਚ ਵੀ ਇੱਕ ਲੇਡੀਜ਼ ਵੀ ਖੜ੍ਹੇ ਦੁਕਾਨ 'ਤੇ ਉੱਤੇ?
एक्चुअली वीर जी तुहानू अपनी लाइफ की अगर रियलिटी दसा, एक तो मेरी जी एजुकेशन हैगी है वो मैं डबल एम ए की हुई है, तो रब की कृपा नाल मेरे हसबैंड भी चलो घट एजुकेशन एजुकेटिड वो भी नहीं है ने, वो भी प्लस टू की हुई है उन्होंने, पर असी दोवे रल मिल के बाहर भी गए सी, असी मैरिज के बाद अक्टूबर चले गए सी, मैं भी दिसंबर च गई सी विआह के 6-7 महीने बाद ही, फिर असी अपना उत्थे जाके जदों काम कार किया सब किया वो पर सानू उतो नहीं सक्सेस मिल पाई, फिर असी किसी रीज़न करके सानू वापस आना पिया अपनी फैमिली दे करके भी, तो चलो गुरु साहब की कृपा हैगी कि आज सानू फैमिली का बहुत प्यार हैगा है, नाले तुसी आप वेख रहे हो कि इस जिस जगह पर मैं खलोती हुई हाँ इस जगह का तुसी माहौल वेख रहे हो कि मैं कि माहौल से खलोती हुई हाँ, तो इतने कोई लेडीज़ नहीं काम कर सकती, ठीक है मैं काम इस करके इतने खो के शुरू किया कि मेरी एक तो फैमिली का पूरा सपोर्ट है, भावें मेरे पेक्या की फैमिली लगा लो भावें मेरे सहुरिया की फैमिली लगा लो, मैं बस इतने इस करके खलोती हाँ कि मैं अपना परिवार सामना चाहनी हाँ, तो एक सिर्फ यह नहीं है कि मैं एजुकेटिड हैगी हाँ तो जरूर मैं ऑफिसर की नौकरी पर बैठागी ता ही मैं कमा सकती हाँ, अगर मैं अपने हाथ नाल मेहनत करके कमानी हाँ तो फिर गुरु साहब की कृपा नाल उहदे च ज़्यादा खुशी मिलती है मैनू, इस करके असीं दोवे रल मिल के काम करते पे हाँ जी। कोई परेशानी तो नहीं आती एक भी औरत खड़ी है दुकान पर लेडीज़ खड़े ने या कोई ऐसे जो कस्टमर की? नहीं कस्टमर की तो मैं कोई प्रॉब्लम नहीं हैगी है, बाकी है कि कुछ लोग होंगे ने जोड़े गलत बोलन वाले भी होंगे ने, पर आप उन्होंने परवाह नहीं करते, रियलिटी हैगी है कि असी उन्होंने परवाह नहीं करते, असी उन्होंने बिल्कुल ही मतलब कि मैं तुम्हें बोला कि उन्होंने अवॉइड कर दीता है, अपने काम नाल मतलब रखीदा है, असी दोवे अपने काम से मस्त रहने, अपना समान इकट्ठा करना अपने आप ही सारा कुछ करना अपना लगे रहने दो। रिश्तेदार ने नहीं कहा भी गुड्डी तू किहड़े काम च पैगी भी एदू कितें एम ए सी कितें स्कूल च पढ़ाउण लग जाती जिवें अपने कुड़ियां आम ही करदियां ने स्कूल च पढ़ाउण लग जाती ने चाहे 5-5 हज़ार ही मिलता पर भी इस तरह फेस करना सारे नूं इक अलग दा राह अपनाउणा होया सीगा वीर जी, यह भी चीज़ मेरे नाल फेस हुई है, एक्चुअली असी दोवें जिहड़ी फैमिली तो बिलोंग करदे साडी फैमिली चलो गुरु साहब की कृपा नाल पिछे सानूं बहुत वधिया फैमिली सीगी जो सानूं बहुत ज़्यादा तंगियां आईयां उहदे करके फिर सानूं यह काम शुरू करना पिया, तो हुण मैं तुहानूं बहुता एक्सप्लेन करके मैं की दसां जिहड़ी मेरी अंदर दी स्टोरी है, यह याद है असी दोवे ही जांदे आ जो तुम दसोगे ना बहुत सारे परिवार औरतों बहुत हौसला मिलेगा क्योंकि शायद थोड़े वांगू होर भी किन्ने मन किन्ना ही कुछ होगा जो उन्होंने दबाना पैदा। बिल्कुल बिल्कुल, पर मैं कहांगी कि तुम भावें लेडीज़ हो भावें कुड़ी हो अज के टाइम से कोई किसी तो घट नहीं है, ठीक है ना, गुरु साहब जी ने सानू देखो ऐसे करके सानू बाणा बख्शे है कि आप कोई भी लेडीज़ कि जेंट्स तो घट नहीं है, ठीक है ना, गुरु साहब जी की इन्नी कृपा हैगी है सानू सारे नू एक दूसरे दे सपोर्ट नाल ही सब कुछ चलता है, गृहस्थी सिर्फ आदमी दे सिर ते नहीं होंदी एक दूसरे दे सिर ते चलती है, अगर असी हसबैंड दे नाल कट्ठे खलो के अगर काम करते हैं काम करन चे कोई शर्म नहीं होनी चाहिए है, काम अगर असी कट्ठे खलो के करते हैं तो वैल एंड गुड है, अगर तुसी कुछ और करना चाहते हो इवन कि मैं अपने विआह तो पहला अपनी टीचिंग जॉब करती सी पर उहदे चे मेरा सैलरी स्केल कुछ भी नहीं सीगा, हुण मैं इत्थे आके भी बड़ी कोशिशां कीतियां इवन कि मैं अपने जिहड़े रेलवे दे एग्जाम भी दिते ने बहुत एग्जाम मैं दिते ने पर किसी च मैनू कोई रिजल्ट नहीं मिलिया, उहदे करके फिर आपां कहा नहीं हिम्मत नहीं हारनी चलो कोई गल नहीं सानू गुरु साहब ने साडे हाथ च हुनर भरिया होया है तो आप अपने हाथ का हुनर कढ़दे आ ते आप अपने हाथी चीज़ां बना बना के सेल करते हैं, मैं जो भी चीज़ रब की कृपा नाल इत्थे जिहड़े भी कस्टमर नू बना के खवादा कोई मेरा भैन भरा आ जाए कोई वीर जो भी आ जाता है जो उन्होंने एक बारी खा ली वो कहते हैं कि वाकई रियलिटी हैगी है कि सानू तुहाडे हाथ की चीज़ नहीं इत्थे मिलती क्योंकि मेरा रियलिटी यह हैगी है कि मैं इतों नहीं बिलोंग करती। अच्छा। मेरी जी बैकसाइड हैगी है मैं यूपी बरेली तो हैगी हाँ, मेरे पेके यूपी बरेली है ने, मेरे पापा का नाँ है फादर साहब अमरजीत सिंह जी है ने, वो अपना गिफ्ट सेंटर चलाते हैं अजीत गिफ्ट सेंटर के नाँ तो बरेली से, तो मैं उतों की बिलोंग करती थी, इतने मेरी हले मैरिज हो 5 साल कंप्लीट होने हैं, मेरी छोटी जी गुड़िया हैगी है 3 साल की नूरजोत कौर, तो हूँ इस टाइम वो अपनी दादी को रहती है घर, वो थोड़ी देर से अपने दादी नालों आ जाएगी इतने, तो गुरु साहब की कृपा नाल मैनू अपने मदर इन लॉ फादर इन लॉ सारिया का इन्ना सपोर्ट हैगा जिन्हों के करके असी उन्होंने आशीर्वाद के करके असी ही अगे वध रहे हैं। भैने एक अपने कुड़ियों बोझ समझा जाता है
कदे तो कहा जाता भी दाज देना पेगा, कदे कहा जाता है भी समाज वाला बेकार है भी किमें बहर क्ढा की सुनेहा दें उन्होंने। वीर जी ए जिहड़ी सोच हैगी है ना यह पुराने जमाने की सोच हैगी है, ठीक है ना। हुण असी इन्ना पढ़ लिख के जदों आपां इही सोच रखनी है तो की फायदा साडी इन्नी पढ़ाइया करन दा, की फायदा। असी दुनियादारी ते बड़ा शो ऑफ कर दिंदे आ कि हाँ भई असी इन्ना दाज दे रहे उन्ना दाज दे रहे, वह दाज दे के की फायदा। उहदे बाद भी तो लोग कुड़ियां अपनी साड़ देंदे ने, लोग अपनी देखो नूहां नूं की करदे ने साड़ देंगे ने, दाज के पिछे मार देंगे ने, की फायदा इन्हों चीज़ों ना लो, कोई फायदा नहीं है। मेरी सोच यह कहती है कि इस तो आप अपने बच्चों कोई हाथ का हुनर सिखाइए, कोई उन्होंने इदा की चीज़ सिखाइए कि बच्चा अगे आने वाली लाइफ से इन फ्यूचर कदे उन्हों भुखा ना मरना पे। भुखा मरण की गल हैगी है, देखो भुखे मरण वाले तो इदा के भी है जिन्हों के हाथ से हुनर है वो अपने हाथ पैर आप नहीं चलाना पाते। रीज़न यह है कि क्योंकि लोगों के अपने शरीर लोगों ने आप खराब किए हैं। हुण मेरे को कई लोग इदा काम करना चाहते ने, आपां बुलाने कि भी आ जाओ काम कर लो तो कुछ तुसी साढ़े तो भी सीख के जाओगे तो सानू भी चलो थोड़ा हैल्प सपोर्ट हो जाएगी। पर लोग कहते नहीं जी तुसी तनख्वाह घट दे रहे हो, अरे भाई मैनू इत्थे किन्नी कु सैलरी मिलती पई है, मैं इत्थे किन्नी कु कमाई करी है। ठीक है आपां एज आ ओनर बैठे हुए हाँ, पर एज आ ओनर से भी आपां किन्ना कु कमाई कर लेंगे। इस करके भी मैं तो यही गल कहांगी कि कोई भी कुड़ी माड़ी नहीं हैगी है, कुड़ियां सारी चंगियां ने, पर कुड़ियां नू अपने हक वास्ते आप लड़ना पैंदा है। कोई भी यह नहीं चाहता कि यह कुड़ी क्यों अगे बढ़ रही है, अगर मैं अगर इत्थे खलोती हाँ ना मैनू कोई ना कोई बोलन वाले बड़ा कुछ बोल जाते हैं कि हाँ भी तुसी इत्थे क्यों खलोते हुए हो, या मेरे हसबैंड नू ही कोई ना कोई बोल देता है कि भाई तू क्यों अपनी जनानी के मगर लग के काम करता है, तू जिथे जाता अपनी जनानी नू क्यों नाल लैके जाता है, तू इत्थे डिसीजन नाल क्यों काम करता है। वो कहते कि भाई जो मैं अपनी वाइफ का डिसीजन सही लगता मैं इस करके वो काम करदा। बाकी तो देखो अपनी अपनी सोच हैगी है, किसी ने की सोचना है की करना है मैनू किसी की कोई परवाह नहीं हैगी। तो जे गल कर लिए थोड़े बच्चों सब तो पहले कि तुसी अपने हसबैंड आप ये काम शुरू करिए जां उन्होंने तुहानू कहा सी? वीर जी साडे दोनों का रल मिल के डिसीजन सीगा। एक्चुअली मैं घर से भी कुकिंग करती रही, लॉकडाउन से इन्हों बारा कुछ बना बना के भी खुआया, तो फैमिली से जदों की मैं आई हुई हाँ उदों की इन्हों मतलब रब की कृपा न कुछ ना कुछ खुआई जाना, कुछ ना कुछ टेस्ट कराई जाना, चलो एज अ टेस्ट ही। हूँ मेरे फादर इन लॉ से कुछ भी नहीं मतलब घर का ज़्यादा चीज़ा नहीं खा के मतलब लाइक नहीं करते सीगे, तो हूँ रब की कृपा नाल इन्हों जो चीज़ बना के दे दी है खुश होकर खा लेंगे ने। मैं कहनी भावें थोड़ी जी टेस्ट करो, टेस्ट करन दे बाने इन्हां नूं बड़ा कुछ खा दिंदी आ। जदों तुसीं इह प्रपोजल घरदिआं सामने रखिआ फिर उन्हां दा की रिएक्शन सी? वो लोग तो बहुत खुश हो गए थे कि सानू वो भी कहते कि हाँ भी सानू उम्मीद नहीं सी कि सानू इदा की कुड़ी मिलेगी। हाँ भी सोचा होना भी असी दुने रल के इदा काम शुरू कर दे मैनू नाल मोढ़े नाल मोढ़ा जोड़ के खड़ना पेगा फिर कुछ ना कुछ जरा बनूगा। फिर उन्होंने की रिएक्शन? वो लोग बहुत खुश थे तो अज भी गुरु साहब की कृपा नाल दोनों ही मेरे फादर इन लॉ मदर इन लॉ दोनों ही मेरे नाल खुश है तो असी सारे कट्ठे ही रहने। वो जद साड़ी मतलब कोई भी अभिनवी कुछ भी होंदा है तो वो मैं कुछ भी बोलते हैं, मैं कहनी तुसी जो मर्जी कर लो रहना तुसी मेरे नाल है और आपां कट्ठे ही रहांगे, जो मर्जी जिद्दां मर्जी कर लो असी नहीं वखरे हो सकते, जिद्दां मर्जी तुसी कर लो। तो उन्होंने ही आशीर्वाद नाल असी अगे वधदे पए। जिहड़ी गल है वीर जी दसणगे तुहानू किवें लग्गिआ जी उहदे विच? शुरू के चलो जो अं काम शुरू किया लॉकडाउन के मतलब 2 साल तो हो चले सन भी जी, पहले छोटा एक टेबल लाया भी जी उतों ही ओपनिंग करके जो काम शुरू किया 500 रुपये काम शुरू किया स्टार्टिंग से। चलो फिर परमात्मा ने जो स्टार्टिंग प्रॉब्लम भी आई कुछ टेस्ट का भी थोड़ा फर्क पैंता, फिर हौली स्टार्टिंग कर करके फिर थोड़ा टेस्ट वधिया किया होर फिर साढ़े कस्टमर आना बहुत कस्टमर साढ़े जुड़ना शुरू हो गया। फिर सैकेंड लॉकडाउन के भी साढ़े को थोड़ा अं घर काम करते रहे, कस्टमर घर भी साढ़े को आता रहा, प्यार सारी दुनिया ने सू बहुत दिता भी जी, साढ़े को दुनिया बहुत दूरों दूरों भी आते थे जो साढ़े को आते हैं तो बहुत वीरिया सूँ प्यार देकर जाती सारी दुनिया देकर जाती सू। मैं पहला भी भैन को सवाल करा भी हो उतों लैके किड्डा ही बाजार है, कोई लेडीज किसी की वाइफ उन्होंने नाल नहीं है, दुकान से किन्ने मजदूर या किन्ने होर बंदे रख रखे ने, पर घर का एक मैंबर उन्होंने नाल नहीं होंगे, तो किमें लगे भी आप
खड़ी है जां भी कोई किसी ने कुछ कहा भी होना भी यार तुसी की ऐदा सही भी जान सानू कोई केड़ा फर्क पैंदा सी आई दा सानू केड़ा किसी ने सानू केड़ी रोटी थोड़ी के दे 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 देनी सानू आई दे अपने हक नहीं खानी आ ते परमात्मा सानू जे सानू देई जावे ते खाई जानी सी परमात्मा बस एना ही कहना चाहुंदे विजी बस किसी रिश्तेदार ने नहीं कहा भी यार तुसी अपनी वाइफ नू नाल लेके खड़ जांदे होगे सही नहीं लगदा यार विजी गल वेखो रिश्तेदार कहण भी देणगे उहनां सानू दे थोड़ी रोटी रोटी दे देनी कि खानी ते अपने आप हाथ अपनी थी कमाई खानी आ बस ਹੋਰ ਕੁਛ ਮਾਣ ਹੁੰਦਾ ਇਹਨਾਂ 'ਤੇ ਪੂਰਾ ਜੀ ਬਹੁਤ ਮਾਣ ਹੈ ਜੀ ਇਹਨਾਂ 'ਤੇ ਇਹਨਾਂ ਨੇ ਇਹਨਾਂ ਕਰਕੇ ਮੈਂ ਪੂਰੇ ਇੱਥੋਂ ਤੱਕ ਪਹੁੰਚਿਆ ਹਾਂ ਹਾਂਜੀ ਜੀ 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 ਚਲੋ ਬਹੁਤ ਵਧੀਆ ਲੱਗਿਆ ਤੁਹਾਨੂੰ ਮਿਲ ਕੇ ਇੱਕ ਭੈਣ ਸਵਾਲ ਹੋਰ ਵੀ ਹੈ ਸਾਨੂੰ ਐਂ ਲੱਗਿਆ ਵੀ KFC ਫੂਡ KFC ਤੋਂ ਜਦੋਂ ਮਨ ਦੇ ਵਿੱਚ ਵਿਚਾਰ ਆਉਂਦਾ ਨਾ ਵੀ ਜਿਵੇਂ ਚਿਕਨ ਬਰਗਰ ਤੁਹਾਡਾ ਅੰਮ੍ਰਿਤ ਛਕਿਆ ਹੋਇਆ ਹੈਗਾ ਫਿਰ ਇਹ ਕਿੱਦਾਂ ਸ਼ਬਦ ਦਾ ਮੇਲ ਹੋਊ ਐਕਚੁਅਲੀ ਵੀਰ ਜੀ ਜਿਹੜਾ ਇਹ ਆਪਣਾ KFC ਚਾਪ KFC ਮੋਮੋਜ਼ ਹੈਗਾ ਹੈ ਇਹ ਅਸੀਂ ਆਪਣਾ ਹੀ ਨਵਾਂ ਬ੍ਰਾਂਡ ਮੇਰਾ ਮਤਲਬ ਮਨ ਸੀਗਾ ਕਿ ਮੈਂ ਸ਼ੁਰੂ ਤੋਂ ਸੋਚਦੀ ਸੀ ਕਿ ਆਪਣੀ ਇੱਕ ਨਵੀਂ ਚੀਜ਼ ਪੇਸ਼ ਕਰਨਾ ਚਾਹਵਾਂਗੀ ਲੋਕਾਂ ਦੇ ਵਿੱਚ ਜਿਹਦੇ ਨਾਲ ਮੇਰਾ ਇੱਕ ਵੱਖਰਾ ਇੱਕ ਦਾ ਨਾਂ ਬਣੇਗਾ ਅਤੇ ਆਪਾਂ ਇੱਕ ਆਪਣੀ ਨਵੀਂ ਚੀਜ਼ ਕੱਢਾਂਗੇ ਇਹ ਅਸੀਂ ਆਪਣਾ ਖਾਲਸਾ ਫੂਡ ਕੋਰਨਰ ਖਾਲਸਾ ਫੂਡ ਕੋਰਨਰ ਤੋਂ ਅਸੀਂ ਆਪਣਾ ਖਾਲਸਾ ਫੂਡ ਕੋਰਨਰ ਤੋਂ KFC ਕੱਢਿਆ ਹੈ ਠੀਕ ਹੈ ਨਾ ਇਹਦੇ ਨਾਲ ਸਾਡਾ KFC ਜਿਹੜਾ ਨੋਨ ਵੈਜ ਵਾਲਾ ਹੈ ਉਹਦੇ ਨਾਲ ਸਾਡਾ ਕੋਈ ਤਾਲਮੇਲ ਨਹੀਂ ਹੈਗਾ ਜਿਹੜੀ ਗੱਲ ਦੀ ਰਿਐਲਿਟੀ ਹੈਗੀ ਈਵਨ ਕਿ ਮੈਨੂੰ ਚਲੋ ਰੱਬ ਦੀ ਕਿਰਪਾ ਨਾਲ ਹੁਣ ਲੋਕ ਸਪੋਰਟ ਬਹੁਤ ਚੰਗਾ ਕਰ ਰਹੇ ਨੇ ਅਤੇ ਉਹਨਾਂ ਦਾ ਕਹਿਣਾ ਵੀ ਹੈਗਾ ਹੈ ਕਿ ਹਾਂ ਵੀ ਤੁਸੀਂ ਆਪਣਾ ਸਾਨੂੰ ਆਪਣੀ ਜਾਂ ਤਾਂ ਬ੍ਰਾਂਚ ਓਪਨ ਕਰਾ ਦਿਓ ਜਾਂ ਸਾਨੂੰ ਥੋੜ੍ਹਾ ਜਿਹਾ ਐਕਚੁਅਲੀ ਮੇਰੇ ਕੋਲ ਦੇਖੋ ਇੱਕ ਤਾਂ ਇੱਥੇ ਆਪਣੇ ਕੋਲ ਕੋਈ ਵੀ ਸਾਨੂੰ ਸਪੋਰਟ ਵਾਸਤੇ ਕੋਈ ਟੀਮ ਨਹੀਂ ਹੈਗੀ ਪ੍ਰੋਪਰ ਵੇ ਨਾਲ ਅਗਰ ਅਸੀਂ ਟੀਮ ਵੀ ਬਣਾਉਂਦੇ ਹਾਂ ਤਾਂ ਟੀਮ 'ਤੇ ਅੱਜ ਕੱਲ੍ਹ ਤੁਹਾਨੂੰ ਪਤਾ ਹੈ ਕਿ ਲੋਕ ਮਿੰਟ ਪਏ ਧੋਖਾ ਦੇ ਦਿੰਦੇ ਨੇ ਐਸੇ ਪਿੱਛੇ ਅਸੀਂ ਸਿਰਫ ਦੋਵੇਂ ਹਸਬੈਂਡ ਵਾਈਫ ਰਲ ਮਿਲ ਕੇ ਕੰਮ ਕਰ ਰਹੇ ਹਾਂ ਕਿ ਭਾਵੇਂ ਆਪਾਂ ਘੱਟ ਖਾ ਲਾਂਗੇ ਪਰ ਕਰਨਾ ਆਪਾਂ ਦੋਨੋਂ ਨੇ ਆਪਣੇ ਹੱਥ ਹੀ ਹੈ ਲੇਬਰ ਰੱਖ ਕੇ ਕੋਈ ਫਾਇਦਾ ਨਹੀਂ ਹੈ ਲੇਬਰ ਧੋਖੇਬਾਜ਼ ਬਹੁਤ ਜ਼ਿਆਦਾ ਹੁੰਦੀ ਹੈ ਲੇਬਰ ਕੁਛ ਨਹੀਂ ਸਾਨੂੰ ਦਿੰਦੀ ਲੇਬਰ ਈਵਨ ਕਿ ਮਤਲਬ ਉਹ ਕਹਿੰਦੀ ਕਿ ਜਿੰਨਾ ਹੋਏ ਅਸੀਂ ਆਪਣੀ ਪੋਕਟ ਭਰੀਏ ਇਸ ਪਿੱਛੇ ਆਪਾਂ ਫਿਰ ਨਹੀਂ ਲੇਬਰ ਰੱਖੀ ਹੈ ਕੁਆਲਿਟੀ ਨਹੀਂ ਦੇ ਸਕਦੀ ਲੇਬਰ ਨਾ ਕੋਈ ਕੁਆਲਿਟੀ ਦੇ ਸਕਦੀ ਹੈ ਉਹਨਾਂ ਨੇ ਈਵਨ ਕਿ ਸਮਾਨ ਦੀ ਵੇਸਟਿੰਗ ਜ਼ਿਆਦਾ ਕਰਨੀ ਹੁਣ ਮੈਂ ਇੱਥੇ ਹੈਗਾ ਕਿਸੇ ਹੋਰ ਨੂੰ ਫਰਾਈ ਕਰਨ ਨੂੰ ਵੀ ਖੜਾ ਕਰਦੀ ਹੈ ਨਾ ਉਹਨਾਂ ਨੇ ਇੱਦਾਂ ਦਾ ਹੀ ਸਮਾਨ ਕੱਢਿਆ ਇੱਦਾਂ ਹੀ ਰੱਖ ਦੇਣਾ ਉਹਨਾਂ ਨੇ ਕੋਈ ਇਹ ਨਹੀਂ ਸੋਚਣਾ ਕਿ ਹਾਂ ਵੀ ਮੈਂ ਕਸਟਮਰ ਨੂੰ ਚੀਜ਼ ਪ੍ਰਜੈਂਟ ਕਰਨੀ ਹੈ ਅਤੇ ਉਸ ਚੀਜ਼ ਵਾਸਤੇ ਮੈਂ ਆਪਣਾ ਰਿਫਾਈਨ ਵਗੈਰਾ ਬਿਲਕੁਲ ਨਾ ਚੀਜ਼ ਨੂੰ ਆਏ ਕੋਈ ਚੀਜ਼ ਨਾ ਆਏ ਅਸੀਂ ਆਪਣੇ ਅਕੋਰਡਿੰਗ ਚੀਜ਼ ਤਿਆਰ ਕਰਕੇ ਦਿੰਦੇ ਹਾਂ ਹੁਣ ਮੇਰੇ ਕੋਲ ਰੱਬ ਦੀ ਕਿਰਪਾ ਨਾਲ ਇੰਨੀ ਵਰਾਇਟੀ ਬਚ ਚੁੱਕੀ ਜਦੋਂ ਅਸੀਂ ਕੰਮ ਸਟਾਰਟ ਕੀਤਾ ਸੀ ਥੋੜ੍ਹੀ ਜਿਹੀ ਵਰਾਇਟੀਆਂ ਸੀਗੀਆਂ ਹੁਣ ਸਾਡੇ ਕੋਲ ਰੱਬ ਦੀ ਕਿਰਪਾ ਨਾਲ 50 ਤੋਂ ਉੱਤੇ ਵਰਾਇਟੀ ਹੈਗੀ ਹੈ ਮੇਰੇ ਕੋਲ ਮੈਗੀ 'ਚ ਕਿੰਨੀ ਤਰ੍ਹਾਂ ਦੀ ਵਰਾਇਟੀ ਹੈਗੀਆਂ ਨੇ ਬਰਗਰ ਕਿੰਨੇ ਤਰ੍ਹਾਂ ਦੇ ਹੈਗੇ ਨੇ ਹੁਣ ਕਸਟਮਰ ਨੇ ਕਈਆਂ ਨੇ ਮੈਨੂੰ ਜ਼ੋਰ ਪਾਇਆ ਸੀਗਾ ਕਿ ਸਾਨੂੰ ਚਿੱਲੀ ਪਨੀਰ ਵਗੈਰਾ ਬਣਾ ਕੇ ਦਿਆ ਕਰੋ ਅਸੀਂ ਉਹਨਾਂ ਦੀ ਔਨ ਡਿਮਾਂਡ ਚਿੱਲੀ ਪਨੀਰ ਤਿਆਰ ਕਰਕੇ ਦੇਣਾ ਸ਼ੁਰੂ ਕਰ ਦਿੱਤਾ ਹੈ ਕੋਈ ਕਸਟਮਰ ਕਹਿੰਦੇ ਨੇ ਕਿ ਵੀ ਸਾਨੂੰ ਹੁਣ ਅੱਗੇ ਉਹਨਾਂ ਦੀ ਡਿਮਾਂਡ ਹੈਗੀ ਹੈ ਕਿ ਹੁਣ ਦੀਦੀ ਤੁਸੀਂ ਪਾਓ ਭਾਜੀ ਵਗੈਰਾ ਸਟਾਰਟ ਕਰੋ ਅਤੇ ਗੁਰੂ ਸਾਹਿਬ ਮੇਰ ਕਰਨਗੇ ਤਾਂ ਆਪਾਂ ਅੱਗੇ ਮੈਂ ਹੋਰ ਵੈਰਾਇਟੀ ਆਪਣੀ ਵਧਾਉਣੀ ਹੈ ਹਾਂ ਗੁਰੂ ਸਾਹਿਬ ਦੀ ਇੰਨੀ ਕਿਰਪਾ ਹੈਗੀ ਕਿ ਸਾਡੇ ਕੋਲ ਜਿੰਨਾ ਗੁਰੂ ਸਾਹਿਬ ਨੇ ਮੇਰੇ ਹੱਥ 'ਚ ਹੁਨਰ ਬਖਸ਼ਿਆ ਹੈ ਨਾ ਮੈਂ ਇੱਥੇ ਜਿੰਨੀ ਵੈਰਾਇਟੀ ਸਟਾਰਟ ਕਰ ਲਾਂ ਉਹ ਥੋੜ੍ਹੀਆਂ ਪੈ ਜਾਣਗੀਆਂ ਜੀ ਜੀ ਹਾਂਜੀ ਸੋ ਦੋਸਤੋ ਗੱਲਾਂ ਬਾਤਾਂ ਕਰੀਆਂ ਭੈਣ ਦੇ ਮੂੰਹੋਂ ਵੀ ਸੁਣੀਆਂ ਇੱਕ ਬਹੁਤ ਵੱਡਾ ਸੁਨੇਹਾ ਉਹਨਾਂ ਲੋਕਾਂ ਨੂੰ ਜਿਹੜੇ ਧੀਆਂ ਨੂੰ ਆਪਣੇ ਆਪ 'ਤੇ ਬੋਝ ਸਮਝਦੇ ਨੇ ਇੱਕ ਧੀ ਨੇ ਆਪਣੇ ਸਹੁਰੇ ਪਰਿਵਾਰ ਆ ਕੇ ਵੀ ਉਹ ਬੋਝ ਨੂੰ ਪਰਿਵਾਰਕ ਬੋਝ ਨੂੰ ਆਪਣੇ ਮੋਢਿਆਂ 'ਤੇ ਚੱਕਿਆ ਹੈਗਾ ਸਾਰੀ ਗੱਲਬਾਤ ਤੁਸੀਂ ਸੁਣੀ ਹੈ ਸੋ ਵੀਡੀਓ ਨੂੰ ਸ਼ੇਅਰ ਕਰਕੇ ਉਹਨਾਂ ਲੋਕਾਂ ਤੱਕ ਜ਼ਰੂਰ ਪਹੁੰਚਾ ਦਿਓ ਕਿੱਦਾਂ ਦਾ ਲੱਗਿਆ ਕੰਮ ਕਾਰ ਇਹ ਵੀ ਦੱਸਿਓ ਅਤੇ ਭੈਣ ਨੂੰ ਗੱਲ ਦੱਸਦੇ ਭੈਣ ਇੱਕ ਆਪਣਾ ਐਡਰੈਸ ਜ਼ਰੂਰ ਦੱਸ ਦਿਓ ਦੁਬਾਰਾ ਹਾਂਜੀ ਹਾਂਜੀ ਇੱਥੇ ਸਾਡਾ ਐਡਰੈਸ ਹੈਗਾ ਹੈ ਨੀਅਰ ਅਬਾਊਟ ਅਮਨਦੀਪ ਖਾਲਸਾ ਅਮਨਦੀਪ ਕਮਲ ਅਪੋਜ਼ਿਟ ਕਮਲ ਹੋਸਪਿਟਲ ਅਮਨਦੀਪ ਕਮਲ ਹੋਸਪਿਟਲ ਨੀਅਰ ਖਾਲਸਾ ਸਟੋਰ ਜੀ ਜੀ ਹਾਂਜੀ ਜੀ ਜੀ ਖਾਲਸਾ ਫੂਡ ਕੋਰਨਰ ਤਰਨ ਤਾਰਨ ਹਾਂਜੀ ਹਾਂਜੀ ਇੱਕ ਵੀਰ ਜੀ ਇੱਕ ਗੱਲ ਹੈਗੀ ਹੈ ਮੇਰੇ ਮਨ 'ਚ ਕਹਿਣ ਦੀ ਕਿ ਮੈਨੂੰ ਨਾ ਪਿੱਛੇ ਸਾਡੀ ਵੀਡੀਓ ਬਣੀ ਸੀਗੀ ਕਿਸੇ ਵੀਰ ਨੇ ਤੁਹਾਡੇ ਵਰਗੇ ਵੀਰ ਆਏ ਸੀਗੇ ਉਹਨਾਂ ਨੇ ਸ਼ੇਅਰਿੰਗ ਵੀ ਕਾਫੀ ਕੀਤੀ ਸੀਗੀ ਅਤੇ ਰੱਬ ਦੀ ਕਿਰਪਾ ਨਾਲ ਪਿਆਰ ਵੀ ਕਾਫੀ ਮਿਲਿਆ ਸੀ ਅਤੇ ਉਹਦੇ 'ਚ ਕੁਛ ਲੋਕਾਂ ਨੇ ਕਮੈਂਟ ਕੀਤਾ ਸੀ ਕਿ ਇਹ ਕੁੜੀ ਜਦੋਂ ਕੰਮ ਕਰਦੀ ਪਈ ਹੈ ਅਤੇ ਮੈਂ ਜ਼ਿਆਦਾ ਕਰਦੀ ਪਈ ਹੈ ਅਤੇ ਉਸ ਟੋਪਿਕ 'ਤੇ ਮੈਂ ਤੁਹਾਡੇ ਨਾਲ ਥੋੜ੍ਹੀ ਜਿਹੀ ਗੱਲ ਸ਼ੇਅਰ ਕਰਨਾ ਚਾਹੁੰਦੀ ਹਾਂ ਕਿ ਦੇਖੋ ਵੀ ਦੁਨੀਆਦਾਰੀ ਦੀ ਮੈਂ ਪਰਵਾਹ ਨਹੀਂ ਕਰਦੀ ਠੀਕ ਹੈ ਹੁਣ ਤੁਸੀਂ ਕਹਿਣ ਨੂੰ ਜੋ ਮਰਜ਼ੀ ਕਹੋ ਜਿਹੜਾ ਪ੍ਰਜ਼ੈਂਟ ਟਾਈਮ 'ਚ ਜੋ
कुछ मेरे नाल बीत रहा है वो मैं ही फेस कर रही हूँ, कोई होर नहीं फेस कर रहा है, ठीक है, या मैं फेस कर रही हूँ, मेरी फैमिली सपोर्ट फेस कर रही है, फैमिली का सपोर्ट है ता करके मैं इतने खलोती हुई हाँ, और मैं इतने काम इस करके कर रही हूँ कि मैं अपनी फैमिली नू पालना, कोई मैं कुछ दे के नहीं जाएगा, और मैं मतलब यह नहीं होता है कि मेरे अंदर अहंकार आ गया या कुछ है, अहंकार मैं करना नहीं है अपने अंदर, ठीक है। सेकेंड पॉइंट है गए कि अगर मैं इतने कटिंग कर रही हूँ आप, तो मैं आप ही बोलूँगी ना कि मैं कटिंग कर रही हूँ, हूँ मैं थोड़े सामने अगर बोल दिया तो मैं ही बोलूँगी ना, मैं थोड़ा ना बोलूँगी कि हाँ भी सारे जने मिल के बोल रहे हैं या कुछ हैगा है, ठीक है ना। इस करके लोगों को प्लीज़ रिक्वेस्ट करना चाहवागी कि थोड़े जे अपने कमेंट्स करते टाइम थोड़ा जहा अपना जरा नॉलेज लगा लिया करो, थोड़ा ध्यान दिया करो कि असी जो भी कुछ बोल रहे हैं थोड़ा जहा ध्यान करके सुनो, तो थोड़ा जहा थानू कमेंट चंगे करया करो। हाँ जी दोस्तों, बहुत सारे लोगों ने यह कमेंट किए, एप्रीशिएट कर दिया, कुछ लोग नैगेटिव नैगेटिविटी देंगे ने, सो उन्होंने मैं ये गल कहना चाहना कि मैं शब्द का इस्तेमाल करना हंकार नहीं हुंदा, छोटी जी एग्जाम्पल तुहानू दिंदा, मैं ये कर सकदा, ये शब्द ने जिहड़े पॉजिटिविटी वाले ने, मेरे वर्गा यह कोई नहीं कर सकता, ये हंकार वाले शब्द हुंदे ने। सो इन्हां शब्दों के विचला फर्क है जिहड़ा जरूर समझिया करो, जे कोई चंगा कर रहा उहनू एप्रीशिएट करिया करो। सो दोस्तों, तुसी जे इस जगह पर आना तो तुसी गूगल मैप दे विच खालसा फूड कॉर्नर तरन तारन भर सकते हो, तो लोकेशन है जिहड़ी तुहानू डायरैक्ट ये जगह पर ले आवेगी। सो वीडियो नू शेयर जरूर कर दिओ, ते नाल ही कमेंट्स दे विच पैन लई ते वीर लई एप्रीशिएट लई वर्ड जरूर लिखियो। मिलदे आ किसे अगे अजिही खास इंसान दे नाल, तद तक लई दिओ इजाजत, सत श्री अकाल।